दोस्तों अगर हमारी वीडियो अच्छी लगे तो सब्सक्राइब जरूर। हाँ भाई बाबा जोगी, ए दरख्त है, ए साड़ी कच्ची हवेली है, पीछा मेरा बंगला ही है, लेकिन सुकून मैंने इस कच्ची हवेली है चाहता है। मैं मार से कीला। हाँ भाई ये सन कितने साहब वेखे है? साहब तो भाई जान मैं वेखे है इस जगह पे, जेते भाई इस जगह पे साहब वेखे है तो काला स्या। योगी बाबा अच्छे दोस्तों कुल में पूछा है, कोई जड़े अच्छे जोगी हैं ना ओ दसो, उन्ना दस्या जोड़ी है सैंपल जोगी दी, छोटा जोगी वड्डा जोगी, इस वास्ते तुहानू सर तकलीफ दिती है, इत्थे रहिंदा पिया सप्प, पिछले दिनों दे विच 12 लाख दी मैं मझ लई आई, सप्प लड़िया बड़ा जहरीला सप्प है, मेरी मझ मर गई है, तुसी मेहरबानी करो ये सप्प मैनू फड़ के दियो, मैं बड़ा परेशान हाँ, सानू अपनी जान दा खतरा है। योगी बादशाह मेरी गल तुहाड़ी समझ च आ रही है? आ गई है समझ, आगे थोड़ा पीछे हट जाओ, पीछे पीछे हट जाओ, छोटे वड्डे थोड़े जा तल्ले हो, मैं तो पहले ही तल्ले आ गई, तो तू भी तल्ले आओ। अच्छा अच्छा ला दियो गोड़ियां तल्ले हो। मार साहब तुसी साड़ी फीस तो वाकिफ हो कि असी कितनी फीस लेने सब फड़न दी? जी ਤੁਹਾਡੀ ਫੀਸ ਤੋਂ ਹੀ ਵਾਕਿਫ ਹਾਂ, ਤੁਹਾਡੀ ਕੌਮ ਤੋਂ ਹੀ ਵਾਕਿਫ। ਫਿਰ ਦੱਸ ਸਾਡੀ ਫੀਸ ਕਿੰਨੀ ਹੈ? ਤੁਹਾਡੀ ਫੀਸ 2 ਲੱਖ ਰੁਪਏ, ਲੇਕਿਨ ਮੈਂ 3 ਲੱਖ ਰੁਪਏ ਦੇ ਸੀ। 3 ਲੱਖ ਛੋਟੇ ਵੱਡੇ ਅਕਲ ਫਾਰੇ ਗਈ। ਇਹ ਕੀ ਕਹਿ ਰਹੇ ਹੋ ਜੋਗੀ ਸਾਹਿਬ? ਮੈਂ ਕਹਿ ਰਿਹਾ ਬਿਲਕੁਲ ਠੀਕ ਹੈ, ਕੰਮ ਤਾਂ ਬੜਾ ਔਖਾ ਹੈ, ਪਰ ਸੱਪ ਤੈਨੂੰ ਫੜ ਕੇ ਦਿਖਾਵਾਂਗਾ। ਜੇ ਸੱਪ ਫੜ ਲਿਆ 3 ਲੱਖ ਦੇਵਾਂਗੇ, ਨਾ ਫੜਿਆ ਤੇ 1 ਰੁਪਇਆ ਹੀ ਨਹੀਂ ਮਿਲੇਗਾ। ਛੋਟੇ ਵੱਡੇ ਅਸਾਂ ਸੱਪ ਵੀ ਨਹੀਂ ਫੜਨਾ ਤੇ 3 ਲੱਖ ਰੁਪਇਆ ਵੀ ਲੈਣਾ। ਜੋਗੀ ਬਾਦਸ਼ਾਹ ਉੱਠੀ ਵੋ, ਜਾਦੂ ਕਰੋ, ਬੀਨ ਵਜਾਓ, ਦਮ ਰੱਖੋ, ਸੱਪ ਫੱਦੋ, ਲੇਟ ਹੁੰਦੀ ਪਈ ਹੈ, ਸਾਡਾ ਕੋਈ ਹੋਰ ਨੁਕਸਾਨ ਹੋਵੇ ਸੀ। ਠੰਡੇ ਜੱਗੀ ਅਤੇ ਕੋ ਮੋਤ ਆਵੇ ਵੱਡੇ ਜੋਗੀਆ, ਮੇਰੀ ਜਿੰਦ ਕੱਟ ਗਈ ਦੀ ਹੈ। ਲੱਗਦਾ ਸੱਪ ਨੇੜੇ ਆ ਗਿਆ ਕਿਤੇ। ਵੱਡਾ ਜੋਗੀ ਛੋਟਾ ਜੋਗੀ, ਵੱਡਾ ਜੋਗੀ ਛੋਟੇ ਜੋਗੀ, ਵੱਡੇ ਜੋਗੀ ਛੋਟੇ ਜੋਗੀ, ਵੱਡੇ ਜੋਗੀ ਸੱਚ ਸੱਚ ਦੱਸ ਕਿ ਸੱਪ ਨੇੜੇ ਤੇ ਨਹੀਂ? ਛੋਟੇ ਜੋਗੀ ਤੈਨੂੰ ਪਤਾ ਨਾ ਅਸੀਂ ਜੋਗੀ ਹਾਂ, ਨਾ ਕਦੇ ਸੱਪ ਵੇਖੇ। ਉਹ ਵੱਡੇ ਜੋਗੀ ਤੇ ਵਾਲੀ ਥਾਂ ਆਮ ਗਿਣਣ ਆਏ। ਤੂੰ ਵੇਖ ਮੈਂ ਐਸੀ ਬੀਨ ਵਜਾਵਾਂਗਾ, ਐਸੀ ਬੀਨ ਵਜਾਵਾਂਗਾ ਕਿ ਸੱਪ ਆਪਣੇ ਆਪ ਸਾਡੇ ਕੋਲ ਆ ਜਾਏਗਾ। ਤੂੰ ਉੱਠ, ਤੁਸੀਂ ਪਿੱਛੇ ਪਿੱਛੇ ਹਟ ਜਾਓ, ਬੜਾ ਖਤਰਨਾਕ ਸੱਪ ਹੈ, ਇੱਛਾਧਾਰੀ ਜੋਗੀ ਕਾਲਾ ਨਾਗ। ਜੋਗੀ ਬਾਦਸ਼ਾਹ ਯਾਰ ਸੱਪ ਫੜੋ ਕੀ ਆਪਦ ਦੇ ਵਿੱਚ ਤੁਸੀਂ ਕੁਸਰ ਮੁਸਰ ਲਾਈਏ, ਜੇ ਅਗਰ ਤੁਸੀਂ ਸੱਪ ਨਾ ਫੜਿਆ ਤੇ ਮੈਂ ਮਾਰ ਸ਼ਕੀਲ ਹਾਂ, ਤੁਹਾਨੂੰ 3 ਲੱਖ ਰੁਪਈਏ ਵੀ ਕੋਈ ਨਹੀਂ ਦੇਣਾ ਤੇ 6 ਕੁੱਤੇ ਮੈਂ ਕਾਲੇ ਬੱਦਿਓ, ਜੇ ਮੈਂ ਤੁਹਾਡੇ ਹੱਥੇ ਨਾ ਛੋੜਾਂ ਤੇ ਮੈਂ ਆਪਣੇ ਪਿਓ ਦਾ ਹੀ ਨਹੀਂ। ਛੋਟ ਜੋਗੀ ਵੱਡੇ ਜੋਗੀ ਕੁੱਤੇ ਕਿਤਨੇ? 4। ਉਹ ਕਿਸ ਤਰ੍ਹਾਂ? 2 ਤੇ 2 4 ਕਬੀ ਸੱਚੇ ਆ ਹੈ। ਅੱਛਾ ਚਲ ਫਿਰ ਤਿਆਰ ਹੋ ਜਾ, ਮੈਂ ਬੀਨ ਵਜਾ ਕੇ ਸੱਪ ਨੂੰ ਇੱਥੇ ਲੈ ਕੇ ਆਉਣਾ ਤੇ ਤੂੰ ਮੇਰੀ ਬੀਨ ਦੇ ਨਾਲ ਮਸਤ ਹੋ ਜਾ। ਠੀਕ ਹੈ ਵੱਡੇ ਜੋਗੀ। ਛੋਟੇ ਜੋਗੀ ਵੱਡੇ ਜੋਗੀ ਉੱਤੇ ਕਿਉਂ ਜਾ ਰਹੇ ਹੈ? ਮੈਨੂੰ ਲੱਗਦਾ ਹੈ ਸੱਪ ਉਤਲੇ ਪੋਰਸ਼ਨ ਤੇ ਰਹਿੰਦੇ। ਉਹ ਸੱਪ ਕੋਈ ਤੇਰੇ ਮਾਮੇ ਦਾ ਪੋਤਰ ਨਹੀਂ, ਤੱਲੇ ਆ ਜਾ।
ਕਿ ਮੈਂ ਤੈਨੂੰ ਇੱਥੇ ਸੱਪ ਫੱਦਣ ਵਾਸਤੇ ਲੈ ਆਉਂਦਾ ਹੈ। ਤੁਸੀਂ ਆ ਕੇ ਇੱਥੇ ਮੁਜ਼ਰੇ ਤੇ ਸ਼ੁਰੂ ਕੀਤਾ ਹੈ, ਹੁਣ ਅਸਾਂ ਨਾਲ ਨਾਲ ਵੇਲਾ ਤਾਂ ਸ਼ੁਰੂ ਕਰਾ ਹੀ ਰੱਖੀਏ। ਸੱਪ ਫੱਦ ਦੀਦਾਰ, ਤੂੰ ਕੋਈ ਮਿਹਰਬਾਨੀ ਕਰ ਜਾ, ਤੁਸੀਂ ਪਿੱਛੇ ਪਿੱਛੇ ਹੋ ਜਾਓ। ਇਹ ਸਾਡੇ ਮੰਤਰ ਨੇ ਜੋਗੀਆਂ ਦੇ, ਬੀਨ ਵਜਾ ਕੇ ਅਸੀਂ ਐਵੇਂ ਸੱਪ ਫੜਨਾ ਹੈ। ਪਿੱਛੇ ਪਿੱਛੇ ਹੋ ਜਾਓ। ਠੀਕ ਠੀਕ ਹੈ ਜੀ। ਸ਼ਕੀਲ ਅੰਜਮ, ਇਤਨੇ ਗਾਣੇ ਤਾਂ ਮੈਂ ਕਦੀ ਨਹੀਂ ਗਾਵੇ ਜਿੰਨੇ ਤੂੰ ਗਾਉਂਦਾ ਪਈ ਹੈ। ਭਾਈਜਾਨ, ਇਹ ਜੋਗ ਵਿੱਚ ਗਾਣੇ ਨੇ, ਇਹ ਸੱਪ ਤੇ ਮੁੰਨੇ ਸਾਰੇ ਕਿੰਨੇ ਗਾਣੇ ਸੁਣ ਕੇ ਆਉਂਦਾ। ਬੜੀ ਦਿਲਚਸਪੀ ਰੱਖਦਾ ਸੱਪ ਮਿਊਜ਼ਿਕ ਨਾਲ। ਜੀ ਜੀ, ਇਹ ਬੀਨ ਦੀ ਆਵਾਜ਼ ਉਹਨੂੰ ਖਿੱਚ ਕੇ ਲੈ ਕੇ ਆਏਗੀ ਤੇ ਅਸੀਂ ਤੁਹਾਡੇ ਕੋਲ 3 ਲੱਖ ਰੁਪਏ ਲੈ ਲੈਣੇ। ਪਿੱਛੇ ਪਿੱਛੇ ਹਟ ਜਾਓ। ਉਹ ਜੋਗੀ, ਇਹ ਕੀ ਕਰਨ ਦੇ ਖਲੇ ਹੋ ਯਾਰ? ਸੱਪ ਫੱਦੋ, ਜਲਦੀ ਕਰੋ। ਹਾਂ ਯਾਰ, ਜਲਦੀ ਕਰੋ। ਕਿਸ ਟਾਈਮ ਦਾ ਤੁਸੀਂ ਇਸੇ ਕੰਮ ਵਿੱਚ ਖਲੇ ਹੋ? ਛੋਟੇ ਵੱਡੇ, ਸੱਪ ਦਾ ਨੰਬਰ ਮਿਲਾ ਆਇਆ ਨਹੀਂ ਅਜੇ ਤੱਕ। ਆਂਦਾ ਪਿਓ ਜੀ, ਰਸ਼ ਬੜਾ ਕਿਨੇ ਰਸ਼ਕੇ ਚ ਬੈਠਾ ਹੋ ਸੀ ਤੇ ਪਤਾ ਬਾਹਰ ਦੇ ਮੁਲਕ ਹੀ ਵਗ ਵੇਨੇ, ਪਾਕਿਸਤਾਨ ਹੀ ਵਧੇ ਰਾਣੇ ਨੇ, ਕਰੇ ਨਾ ਫੋਨ। ਆ ਸਭ ਵੀਰਾ, ਉਹ ਜਲਦੀ ਆ, ਤੇਰੀ ਇੰਤਜ਼ਾਰ ਹੈ, ਆ ਜਲਦੀ ਆ। ਜੋਗੀ ਵੀਰਾ, ਇਹ ਦੱਸ, ਸੱਪ ਨੂੰ ਮੋਬਾਈਲ ਤੇ ਬੁਲਾ ਰਹੇ ਹੋ? ਇਹਦਾ ਮਤਲਬ ਹੈ ਸੱਪ ਕੋਲ ਮੋਬਾਈਲ ਹੈ, ਉਹਦਾ ਨੰਬਰ ਵੀ ਉਸੇ? ਜੀ ਜੀ ਬਿਲਕੁਲ, ਗੁੱਗਾ ਚਾਲ ਨੂੰ ਜਾਣਦੇ ਹੋ? ਜੀ ਬਿਲਕੁਲ ਜਾਣਦਾ ਹੈ। ਬਿਸਮਿਲਾ, ਉਹ ਮੇਰਾ ਦਾਦਾ ਹੈ, ਉਹਦੇ ਕੋਲ ਇੱਕ ਡਾਇਰੀ ਹੈ, ਉਹ 'ਚ ਸਾਰੇ ਸੱਪਾਂ ਦੇ ਨੰਬਰ ਲਿਖੇ ਹੋਏ ਨੇ। ਕਿਸੇ ਦਾ ਟੈਲੀਨਾਰ ਹੈ, ਕਿਸੇ ਦਾ ਵਾਰਦ ਹੈ, ਕਿਸੇ ਦਾ ਯੂ ਹੈ। ਅੱਛਾ, ਹੁਣੇ ਆਵੇਂਦੇ, ਟੈਨਸ਼ਨ ਗਿਣਨ ਦੀ ਕੋਈ ਲੋੜ ਨਹੀਂ। ਪਿੱਛੇ ਪਿੱਛੇ ਹਟ ਜਾਓ, ਸੱਪ ਆ ਰਿਹਾ। ਸਭ ਤੁਹਾਡਾ ਆ ਗਿਆ ਤੇ 3.5 ਲੱਖ ਸਾਡੇ ਹਵਾਲੇ ਕਰੋ। ਜੋਗੀ ਬਾਦਸ਼ਾਹ, 3 ਲੱਖ ਮੈਂ ਤੈਨੂੰ ਦੇਣਾ, ਇਹ ਸੱਪ ਮੈਨੂੰ ਫਦਾ। ਨਹੀਂ 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 ਨਹੀਂ, ਇਹ ਸੱਪ ਬੜਾ ਖਤਰਨਾਕ ਹੈ, ਤੁਹਾਨੂੰ ਲੜ ਜਾਏਗਾ, ਇਹਦਾ ਅਸਾਂ ਜ਼ਹਿਰ ਕੱਢਣਾ। ਸੱਪ ਸਾਡੇ ਕੋਲ ਰਹਿਣ ਦਿਓ, 3 ਲੱਖ ਸਾਨੂੰ ਦੇ ਦਿਓ। ਬਾਈਜਾਨ, ਸੱਪ ਸਾਡੇ ਹਵਾਲੇ ਕਰੋ ਤੇ 3 ਲੱਖ ਖੁਦ ਲਓ। ਹਾਂ, ਗੱਲ ਤੁਹਾਡੀ ਸਾਡੀ ਇੰਨੀ ਹੋਈ ਆਈ ਜੀ, ਤੁਹਾਨੂੰ ਅਸਾਂ 3 ਲੱਖ ਦੇਣਾ, ਤੁਸੀਂ ਸਾਨੂੰ ਸੱਪ ਦੇਣਾ? ਸੱਪ ਮਹਿੰਦੇ, ਮੈਂ ਇਹਦੀ ਸਿਰੀ ਫੇਵਣੀ ਹੈ ਇਹਨਾਂ ਇੱਟਾਂ ਨਾਲ। ਛੋਟ ਵੱਡੇ, ਸੱਪ ਇਹਨਾਂ ਦੇ ਹਵਾਲੇ ਕਰਨਾ ਪੈਂਦਾ। ਨਹੀਂ, ਮੈਂ ਇਹਨਾਂ ਦੇ ਹਵਾਲੇ ਨਹੀਂ ਆਉਂਦਾ, ਮੈਨੂੰ ਲੱਖ ਨਹੀਂ ਚਾਹੀਦਾ। ਵੱਡੇ, ਸੱਪ ਇਨਕਾਰੀ ਕਰ ਰਿਹਾ। ਸੱਪ ਸੱਚਾ, ਮੌਤ ਕਿਸੇ ਨੂੰ ਮਨਜ਼ੂਰ ਨਹੀਂ। ਅਵਲ ਕੇ ਕਰਨਾ ਚਾਹੀਦਾ ਹੈ ਵੱਡੇ, ਕਿਸੇ ਤਰੀਕੇ ਤੋਂ ਜਾਨ ਛੁੜਾ ਕੇ ਨਸੀਏ। ਹਾਂ ਹਾਂ, ਨਸੋ, ਨਹੀਂ ਤਾਂ ਤੁਹਾਨੂੰ ਇੱਟਾਂ ਮਰੇ ਸਨ। ਕੀ ਕੁਛ ਸਰਬੂ ਸਰਕਾਰ ਹੈ, ਮੈਨੂੰ ਆਪ ਨੂੰ ਖੁਦ ਸਮਝ ਨਹੀਂ ਆ ਰਹੀ। ਭਾਈਜਾਨ, ਸੱਪ ਤੁਹਾਡੇ ਹਵਾਲੇ ਨਹੀਂ ਹੋਣਾ, ਸੱਪ ਬੜਾ ਜ਼ਹਿਰੀਲਾ ਹੈ, ਜੇ ਤੁਹਾਨੂੰ ਲੜ ਗਿਆ ਸਾਡੀ ਜ਼ਿੰਮੇਵਾਰੀ ਨਹੀਂ ਹੋਣੀ, ਇਸ ਲਈ ਸੱਪ ਨੂੰ ਮੈਂ ਲੈ ਕੇ ਚੱਲੇ ਹਾਂ, ਪੈਸੇ ਤੁਸੀਂ ਬਾਅਦ 'ਚ ਦੇ ਦਿਓ। ਨਾ 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 ਨਾ, ਜੋਗੀ ਬਾਦਸ਼ਾਹ, ਤੇਰਾ ਮੇਰਾ ਵਾਅਦਾ ਹੋਇਆ ਹੈ, ਸੱਪ ਮੇਰੇ ਹਵਾਲੇ ਕਰ,
ਮੈਂ ਤੈਨੂੰ ਪੈਸੇ ਦਿੰਦਾ, ਇਹ ਸੱਪ ਜੀ ਮਸੀਰੀ ਫੇਵਣੀ ਫੇਵਣੀ ਇਹ ਸੇਠ ਲਾਲ ਇਹ ਜਿਹੜੀ ਛੋਟੇ। ਮੈਂ ਤਾਂ ਕਹਿੰਦਾ ਸੱਪ ਇਹਨਾਂ ਦੇ ਹਵਾਲੇ ਕਰੀਏ ਤੇ ਆਪਾਂ ਨਿਕਲੀਏ। ਆਪੇ ਸੱਪ ਜਾਣੇ ਤੇ ਇਹ ਜਾਣੇ, ਆਪਾਂ ਨਿਕਲਨੇ ਆਪੇ ਸੱਪ ਦੀ ਸਿਰੜੀ ਫੇਸੇ। ਮੈਂ ਕੋਈ ਤੁਹਾਡੇ ਪਿਓ ਦਾ ਨੌਕਰ ਨਹੀਂ, ਮੈਂ ਰਕਸ਼ਾ ਕਰਾ ਤੇ ਆਇਆ, 60 ਰੁਪਈਆ ਭਰ ਤੇ ਆਇਆ, ਮੈਂ ਤੁਹਾਡਾ ਕਾਲੂ ਬੇਲੀ ਆ। ਛੋਟੇ ਵੱਡੇ ਇੱਥੇ ਖਾਣ ਵਾਸਤੇ ਤਿਆਰ ਹੋ ਜਾ। ਓ ਸੱਪ दोस्तों, अगर हमारी वीडियो अच्छी लगे तो सब्सक्राइब जरूर